ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਸਿਮਰ ਕੌਰ ਡੈਡੀ ਦੀਦੀ ਨੂੰ ਨਮਸਤੇ ਕਰੋ। ਦੀਦੀ ਨੇ ਗਾਣਾ ਕੱਢਿਆ, ਛੇਤੀ ਛੇਤੀ ਬੋਲ ਛੇਤੀ ਬੋਲ, ਮੇਰੇ ਕੋਲ ਟਾਈਮ ਹੈ ਨਹੀਂ, ਤੈਨੂੰ ਕਿਹਾ ਕੁੱਤੇ ਆ ਫੋਨ ਕੱਟ, ਟਾਈਮ ਹੈ ਨਹੀਂ। ਤਾਂ ਗਾਣੇ ਦਾ ਨਾਂ, ਤੁਸੀਂ ਬੈਸਟ ਪਾਰਟ ਸੁਣ ਲਓ। ਤੈਨੂੰ ਕਿਹਾ ਫੋਨ ਕੱਟ, ਮੇਰੇ ਕੋਲ ਟਾਈਮ ਹੈ ਨਹੀਂ, ਤੈਨੂੰ ਕਿਹਾ ਮੇਰੇ ਤੋਂ ਫੋਨ ਕੱਟ, ਟਾਈਮ ਹੈ ਨਹੀਂ, ਛੇਤੀ ਬੋਲ ਛੇਤੀ ਬੋਲ, ਮੇਰੇ ਤੋਂ ਟਾਈਮ ਹੈ ਨਹੀਂ। ਇਹ ਗਾਣੇ ਦਾ ਬੈਸਟ ਲਾਈਨ, ਠੀਕ ਹੈ ਜੀ। ਇਹ ਗਾਣੇ ਦੀ ਬੇਸ, ਜਿਹਨੂੰ ਕਹਿੰਦੇ ਨੇ ਮੇਰੇ ਤੋਂ ਟਾਈਮ ਹੈ ਨਹੀਂ। ਦੀਦੀ ਸਿਮਰਨ ਕੌਰ ਡੈਡੀ ਜੀ ਕਹਿ ਰਹੇ ਨੇ ਕਿ ਤੇਰਾ ਝੂਠਾ ਪਿਆਰ ਕਿੱਥੋਂ ਅੱਜ ਮੈਨੂੰ ਯਾਦ ਆ ਗਿਆ, ਅਤੇ ਮੇਰੇ ਕੋਲ ਨੋਟ ਇੰਨੇ ਆ ਗਏ ਨੇ ਕਿ ਚਾਰ ਸਿੱਕਿਆਂ ਪਿੱਛੇ ਤੂੰ ਵਿਕਦਾ ਫਿਰੇ। ਤਾਂ ਦੀਦੀ ਨੇ ਮੂੰਹ ਦੇ ਚਪੜਾ ਮਾਰੀਆਂ ਨੇ, ਜਿਹੜਾ ਵੀ ਆਸ਼ਿਕ ਹੋਵੇ, ਜਿਹੜਾ ਵੀ ਮਾਸ਼ਿਕ ਹੋਵੇ, ਉਹਦੀ ਆਹ ਸੁਣੋ। ਉਹ ਤੇਰੀ ਝੂਠੀ ਜਿਹੀ ਗੱਲ ਮੇਰੇ ਕੋਲ ਟਾਈਮ ਹੈ ਨਹੀਂ, ਉਹ ਤੈਨੂੰ ਦੱਸਾਂ ਪੁੱਤਰ ਆਵੇ ਗੱਲ ਟਾਈਮ ਹੈ ਨਹੀਂ, ਉਹ ਤੇਰੇ ਵਰਗੇ ਦੀ ਗੱਲਬਾਤ ਸ਼ੈਮ ਹੈ ਨਹੀਂ, ਛੇਤੀ ਬੋਲ ਛੇਤੀ ਬੋਲ, ਛੇਤੀ ਬੋਲ ਛੇਤੀ ਬੋਲ, ਮੇਰੇ ਟਾਈਮ ਹੈ ਨਹੀਂ, ਮੈਂ ਦੱਸਾਂ ਤੇਰੇ ਵਰਗੇ ਨੂੰ ਕਿੰਨੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿੰਨੀਆਂ। ਹਾਂਜੀ ਦੋਸਤੋ, ਦੇਖੋ ਜੀ ਕਿੰਨਾ ਕੁਛ ਦੀਦੀ ਕਹਿ ਗਏ ਨੇ ਮਿੰਟੋ ਮਿੰਟ। ਗਾਣਾ ਵੀ ਡੇਢ ਮਿੰਟ ਦਾ ਸਾਰਾ ਹੈਗਾ ਆ, ਅਤੇ ਡੇਢ ਮਿੰਟ ਦੇ ਵਿੱਚ ਇੰਨਾ ਕੁਛ ਕਹਿ ਗਏ ਨੇ ਦੀਦੀ ਜੀ। ਕਹਿੰਦੇ ਕੀ ਕਹਿੰਦੇ ਦੀਦੀ? ਕਹਿੰਦੇ ਤੂੰ ਤਾਂ ਚਾਰ ਸਿੱਕੀਆਂ ਉੱਤੇ ਵਿਕ ਜਾਵੇਂਗਾ, ਮੈਂ ਕੋਰਸ ਨਹੀਂ ਉਹ ਕੀਤਾ ਕੋਈ, ਲਿਖਾਰੀ ਅਤੇ ਖਿਡਾਰੀ ਅਤੇ ਸਿੰਗਰ ਮੈਂ ਬਣ ਗਈ ਹਾਂ, ਕਿਸੇ ਗੱਲ ਦਾ ਨਹੀਂ ਡਰ, ਮੈਂ ਡਰਦੀ ਨਹੀਂ, ਛੇਤੀ ਕਰ ਫੋਨ ਕੱਟ, ਮੇਰੇ ਕੋਲ ਟਾਈਮ ਹੈ ਨਹੀਂ, ਛੇਤੀ ਕਰ। ਤਾਂ ਦੋਸਤੋ ਇੰਨੇ ਗੁੱਸੇ ਵਿੱਚ ਮੈਂ ਆਇਆ, ਕਿਸੇ ਲੇਡੀਜ਼ ਨੂੰ ਦੇਖਿਆ ਨਹੀਂ, ਬਟ ਦੀਦੀ ਜਦੋਂ ਵੀ ਗਾਣਾ ਗਾਉਂਦੇ ਨੇ ਹਮੇਸ਼ਾ ਗੁੱਸੇ ਵਾਲੇ ਕੱਢਦੇ ਨੇ। ਤਾਂ ਦੀਦੀ ਜੀ ਦੇ ਹੁਣ ਜਿੰਨੇ ਵੀ ਗਾਣੇ ਨੇ ਸਾਰਿਆਂ ਦਾ ਮੈਂ ਰਿਵਿਊ ਪਾਊਂਗਾ, ਇਕੱਲਾ ਇਕੱਲਾ ਪਾਵਾਂ ਕਿ ਇਕੱਠਾ ਪਾਵਾਂ, ਮੈਨੂੰ ਕਮੈਂਟ 'ਚ ਦੱਸ ਦਿਓ। ਬਾਕੀ ਇਸ ਗਾਣੇ ਦਾ ਇਹ ਮਤਲਬ ਹੈ ਕਿ ਦੀਦੀ ਕਹਿਣਾ ਚਾਹੁੰਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਬਿਜ਼ੀ ਹਾਂ, ਕਿਸੇ ਟਾਈਮ ਕਿਸੇ ਨਾਲ ਪਿਆਰ ਮੈਂ ਕਰਦੀ ਵੀ ਹੋਵਾਂਗੀ, ਜਾਂ ਕਿਸੇ ਦੇ ਚਾਂਸਿਸ ਮੁੰਡੇ ਦੇ ਆ ਵੀ ਗਏ ਹੋਊਗੀ। ਤਾਂ ਦੀਦੀ ਨੇ ਇੱਕ ਸਾਫ਼ ਗੱਲ ਕਹੀ ਹੋਈ ਆ ਕਿ ਕੁੜੀ ਬੋਲੋ ਮੁੰਡੇ ਨੂੰ ਇੱਕ ਇਹ ਜਵਾਬ ਆ ਕਿ ਛੇਤੀ ਕਰ, ਮੇਰੇ ਕੋਲ ਟਾਈਮ ਨਹੀਂ, ਮੈਂ ਆਪਣੀ ਜ਼ਿੰਦਗੀ 'ਚ ਪੜ੍ਹਾਈ ਕਰਦੀ ਹਾਂ, ਕੋਈ ਕੁੜੀ ਕਾਲਜ ਵਾਲੀ ਆ ਮੈਨੂੰ ਪੜ੍ਹਾਈ ਕਰਨ ਦੇ, ਮੈਂ ਜੋਬ ਲੱਗਣਾ, ਬਾਅਦ 'ਚ ਕੋਈ ਪੁਲਿਸ ਦੀ ਜੋਬ ਲੱਗਣਾ, ਕੋਈ ਡਾਕਟਰ ਜੋਬ ਲੱਗਣਾ, ਤਾਂ ਮੇਰੇ ਕੋਲ ਟਾਈਮ ਹੈ ਨਹੀਂ। ਸਾਫ਼ ਸਾਫ਼ ਇਹ ਗੱਲ ਕਹੀ ਹੋਈ ਆ ਮੁੰਡਿਆਂ ਨੂੰ ਦੀਦੀ ਨੇ। ਧੰਨਵਾਦ ਜੀ। ਜੇ ਚੈਨਲ 'ਤੇ ਨਵੇਂ ਨੇ ਲਾਈਕ ਕਰੋ, ਸਬਸਕ੍ਰਾਈਬ ਕਰੋ।